ਬਿਲਕੁਲ ਸਾਹਿਬ, ਗਿੱਦੜਬਾਹਾ ਸੀਟ ਨੂੰ ਲੈ ਕੇ ਜਿੱਥੇ ਅਕਾਲੀ ਦਲ ਦੇ ਵਿੱਚ ਮੁੜ ਤੋਂ ਕਲੇਸ਼ ਦੇਖਣ ਨੂੰ ਮਿਲਿਆ, ਉੱਥੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਿੰਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਾ ਲਿਆ ਗਿਆ। ਮਾਨ ਸਾਹਿਬ ਨੇ ਕਿਹਾ ਕਿ ਮੈਂ ਪਹਿਲਾਂ ਹੀ ਡਿੰਪੀ ਸਾਹਿਬ ਨੂੰ ਕਿਹਾ ਸੀ ਤੁਸੀਂ ਮਨ ਪੱਕਾ ਕਰਕੇ ਪਾਰਟੀ ਦੇ ਵਿੱਚ ਆਇਓ। ਸਿਆਸਤਦਾਨਾਂ ਦਾ ਕੁਝ ਨਹੀਂ ਪਤਾ ਹੁੰਦਾ, ਅੱਜ ਭਗਵੰਤ ਮਾਨ ਨੇ ਜਿਹੜੀਆਂ ਗੱਲਾਂ ਕੀਤੀਆਂ, ਆ ਤੁਹਾਡੇ ਵਾਲੀ ਗੱਲ ਵੀ ਕਹੀ, ਪੱਕੇ ਰਹੋ, ਪੱਕਾ ਮਨ ਬਣਾ ਕੇ ਆਇਓ, ਵਿੱਚ ਵਿਚਾਲੇ ਉਹ ਨਾ ਆਇਓ। ਕਹਿੰਦੇ ਆ ਕਿ ਵੱਡੇ ਪ੍ਰੋਜੈਕਟ ਅਸੀਂ ਲੈ ਕੇ ਆ ਰਹੇ ਹਾਂ, ਲੈ ਕੇ ਆਓ ਜ਼ਰੂਰ। ਪਾਣੀ ਦੀ ਗੱਲ ਕੀਤੀ ਕਿ ਨਹਿਰੀ ਪਾਣੀ ਨੂੰ ਕਿਵੇਂ ਅਸੀਂ ਮਜ਼ਬੂਤ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਜੋ ਡਿੰਪੀ ਮੈਨੂੰ ਕਹੇਗਾ ਮੈਂ ਉਹ ਕੰਮ ਕਰਾਂਗਾ। ਪਰ ਦੂਜੇ ਪਾਸੇ ਤੁਹਾਡੇ ਆਪਣੇ ਜਿਹੜੇ ਗਿੱਦੜਬਾਹੇ ਨਾਲ ਸੰਬੰਧਿਤ ਲੀਡਰ ਹੈ, ਉਹਨਾਂ ਦੇ ਮੂੰਹ ਬੇਰੌਣਕੇ ਜਿਹੇ ਹੋਏ ਵੇ ਨੇ। ਤੁਸੀਂ ਆਪਣੇ 'ਚ ਤਾਂ ਤਿਆਰ ਨਹੀਂ ਕੀਤਾ, ਜਿਨ੍ਹਾਂ ਪਾਰਟੀਆਂ ਨੂੰ ਤੁਸੀਂ ਨਿੰਦਦੇ ਸੀ, ਗਾਲਾਂ ਕੱਢਦੇ ਸੀ, ਇਹ ਤਾਂ ਭ੍ਰਿਸ਼ਟਾਚਾਰ ਦੇ। ਅਤੇ ਜਦੋਂ ਕੋਈ ਭਾਜਪਾ 'ਚ ਜਾਂਦਾ ਸੀ, ਕੇਜਰੀਵਾਲ ਸਾਹਿਬ ਅਤੇ ਮਾਨ ਸਾਹਿਬ ਕਹਿੰਦੇ ਸੀ ਇਹ ਤਾਂ ਵਾਸ਼ਿੰਗ ਮਸ਼ੀਨ ਲਾਈ ਬੈਠੇ ਨੇ, ਉਸ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਕੱਢਦੇ ਆ ਅਤੇ ਬੰਦਾ ਲੈ ਜਾਂਦੇ ਆ, ਅਤੇ ਤੁਸੀਂ ਕਿਹੜਾ ਘੱਟ ਰਹਿ ਗਏ। ਭਾਜਪਾ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਸ਼ਾਮਿਲ ਹੋ ਗਈ ਸੀ, ਪਰ ਅੱਜ ਉਹ ਮੁੜ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ। ਮੰਤਰੀ ਵੀ ਰਹੇ, ਦੋਸ਼ ਬਹੁਤ ਵੱਡੇ ਲੱਗੇ, ਪੈਸੇ ਦੇਣ ਚਲੇ ਗਏ AIG ਮਨਮੋਹਨ ਸ਼ਰਮਾ ਨੂੰ, ਉਹਨਾਂ ਨੇ ਕਾਬੂ ਕਰਕੇ ਜੇਲ੍ਹ 'ਚ ਭੇਜਤਾ। ਅਜੇ 4 ਦਿਨ ਪਹਿਲਾਂ ਹੀ ਪੰਜਾਬ ਦੀ ਸਰਕਾਰ ਨੇ ਸਾਬਕਾ 4 ਮੰਤਰੀਆਂ ਦਾ ਕੇਸ ਚਲਾਉਣ ਦੀ ਆਗਿਆ ਦੇ ਦਿੱਤੀ ਹੈ ਜੀ, ਅਤੇ ਇਹ ਹੁਣ ਦੁਬਾਰਾ ਵਾਪਸ ਪਰਤ ਆਏ ਨੇ। ਭਾਰਤੀ ਜਨਤਾ ਪਾਰਟੀ ਨੂੰ ਠੀਕ ਕਹਿੰਦੇ ਆ ਕਿ ਝਟਕਾ ਲੱਗ ਗਿਆ, ਦੂਜੇ ਪਾਸੇ ਉਹ ਤਾਂ ਕਹਿੰਦੇ ਆ ਕਿ 50 ਲੱਖ ਅਸੀਂ ਪੰਜਾਬ ਦੇ ਵਿੱਚ ਆਪਦੀ ਮੈਂਬਰਸ਼ਿਪ ਵਧਾਉਣੀ ਹੈ। ਸਮਾਂ ਦੱਸੇ, ਅਕਾਲੀ ਦਲ ਦੇ ਸੰਸਦੀ ਬੋਰਡ ਅੱਗੇ ਸਾਰੇ ਵਰਕਰ ਪਹੁੰਚੇ ਨੇ ਅਤੇ ਦਲਜੀਤ ਚੀਮਾ ਵੱਲੋਂ ਸਾਰਿਆਂ ਦਾ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਬਰਨਾਲੇ ਦੀ ਸੀਟ ਵਾਸਤੇ ਕਹਿੰਦੇ ਲੋਕਾਂ ਨੂੰ ਮਿਲਣ ਗਏ, ਵਰਕਰ ਹੀ ਬਹੁਤ ਇਕੱਠੇ ਹੋ ਗਏ, ਅਤੇ ਜਵਾਨਤਾ ਤਾਂ ਤੁਹਾਡੀਆਂ 10 ਸੀਟਾਂ 'ਤੇ ਜ਼ਬਤ ਹੋ ਗਈਆਂ। ਪ੍ਰਮੁੱਖ ਲੀਡਰ ਤੁਹਾਡੇ ਨਾਲ ਨਹੀਂ, ਜੇ ਇਕੱਠਿਆਂ ਦੇ ਵਿੱਚ ਤੁਹਾਡੀਆਂ 10 ਦੀਆਂ ਜਵਾਨਤਾਂ ਜ਼ਬਤ ਹੋ ਗਈਆਂ ਤਾਂ ਇਕੱਲੇ ਇਕੱਲੇ ਨਾਲ ਕੀ ਰਹੂਗਾ। ਜਿਵੇਂ ਅੱਜ ਭਗਵੰਤ ਮਾਨ ਕਹਿੰਦੇ, ਕਹਿੰਦੇ 25 ਸਾਲ ਰਾਜ ਕਰਨ ਨੂੰ ਫਿਰਦਾ ਸੀ ਅਤੇ ਬੰਦੇ 25 ਨਹੀਂ ਨਾਲ, ਕਿ ਅਕਾਲੀ ਦਲ ਨੂੰ ਆਪਦਾ ਸਿਸਟਮ ਦੇ ਵਿੱਚ ਦੇਖਣਾ ਪਏਗਾ ਕਿ ਉਹਨਾਂ ਦੀ ਇਹ ਸਥਿਤੀ ਕਿਉਂ ਬਣੀ, ਕਿਉਂ ਲੋਕਾਂ ਨੇ ਦਰਕਾਰਤਾ। ਸਿੱਖ ਧਰਮ ਦੇ ਵਿੱਚ ਸੰਗਤ ਵੱਡੀ ਹੁੰਦੀ ਹੈ ਅਤੇ ਸੰਗਤ ਤੁਹਾਡੇ ਨਾਲ ਨਹੀਂ। ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਾਉਣ ਲੱਗ ਗਏ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਅਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਅਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਢਿੱਲੋਂ ਸਾਹਿਬ, ਗਿੱਦੜਬਾਹਾ ਸੀਟ ਨੂੰ ਲੈ ਕੇ ਜਿੱਥੇ ਅਕਾਲੀ ਦਲ ਦੇ ਵਿੱਚ ਮੁੜ ਤੋਂ ਕਲੇਸ਼ ਦੇਖਣ ਨੂੰ ਮਿਲਿਆ, ਉੱਥੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਿੰਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਾ ਲਿਆ ਗਿਆ। ਮਾਨ ਸਾਹਿਬ ਨੇ ਕਿਹਾ ਕਿ ਮੈਂ ਪਹਿਲਾਂ ਹੀ ਡਿੰਪੀ ਸਾਹਿਬ ਨੂੰ ਕਿਹਾ ਸੀ ਤੁਸੀਂ ਮਨ ਪੱਕਾ ਕਰਕੇ ਪਾਰਟੀ ਦੇ ਵਿੱਚ ਆਇਓ ਜੀ। ਦੇਖੋ, ਇਹ ਜਿਹੜੇ ਭਾਸ਼ਣ ਹੁੰਦੇ ਆ ਨਾ, ਉਹ ਆਮ ਤੌਰ 'ਤੇ ਰਾਜਨੀਤਿਕ ਲੋਕਾਂ ਦੇ ਲੱਛੇਦਾਰ ਭਾਸ਼ਣ ਜ਼ਿਆਦਾ ਹੁੰਦੇ ਆ, ਉਹ ਅਸਲੀਅਤ ਦੇ ਨੇੜੇ ਨਹੀਂ ਹੁੰਦੇ ਜੀ।
ਬਾਂਡ ਸਾਹਿਬ ਵੀ ਹੁਣ ਸਿਆਸਤ ਦੇ ਵਿੱਚ ਕੱਢ ਗਏ ਨੇ ਅਤੇ ਦੂਜਾ ਇੱਕ ਕਮੇਡੀ ਕਲਾਕਾਰ ਹੋਣ ਦੇ ਨਾਤੇ ਉਹ ਤਾਂ ਇਹੋ ਜਿਹੀਆਂ ਚੀਜ਼ਾਂ ਨੂੰ ਬਿਹਤਰ ਤਰੀਕੇ ਨਾਲ ਲੋਕ ਭਾਸ਼ਾ 'ਚ ਕਹਿਣਾ ਜਾਣਦੇ ਆ ਅਤੇ ਸੁਖਵੀਰ ਸਿੰਘ ਬਾਦਲ ਕਹੀ ਜਾਂਦਾ ਸੀ ਕਿ ਜਿਹੜਾ ਇਹ ਡਿੰਪੀ ਹੈ ਮੈਂ ਇਹਨੂੰ ਟਿਕਟ ਦੇਣ ਨੂੰ ਤਿਆਰ ਹਾਂ ਪਰ ਜਦੋਂ ਉਹ ਸਾਰਾ ਕੁਝ ਛੱਡ ਗਿਆ ਉਦੋਂ ਪਹਿਲਾਂ ਕਿਹਾ ਸੀ ਕਿ ਜੇ ਤੂੰ ਸਿਆਸਤ ਕਰਨੀ ਹੈ ਤਲਵੰਡੀ ਸਾਹਿਬ ਹੋ ਜਾ ਉੱਥੇ ਜਾ ਕੇ ਚੋਣ ਲੜ ਲਾ ਸਿਆਸਤਦਾਨਾਂ ਦਾ ਕੁਝ ਨਹੀਂ ਪਤਾ ਹੁੰਦਾ ਅੱਜ ਭਗਵੰਤ ਮਾਨ ਨੇ ਜਿਹੜੀਆਂ ਗੱਲਾਂ ਕੀਤੀਆਂ ਆ ਤੁਹਾਡੇ ਵਾਲੀ ਗੱਲ ਵੀ ਕਹੀ ਪੱਕੇ ਰਹੋ ਪੱਕਾ ਮਨ ਬਣਾ ਕੇ ਆਇਓ ਵਿੱਚ ਵਿਚਾਲੇ ਉਹਨਾਂ ਆਇਓ ਉਹਨਾਂ ਨੇ ਕਹਿੰਦੇ ਜੀ ਜਿਹੜਾ ਗਿੱਦੜ ਵਹਿ ਵਾਸਤੇ ਕੁਝ ਕੋਈ ਸੀਵਰੇਜ ਦਾ ਪ੍ਰੋਜੈਕਟ ਹੈ ਕਹਿੰਦੇ ਮੈਂ ਉਹ ਵੀ ਸਾਈਨ ਕਰਿਆ ਹਾਂ ਸ਼ਾਇਦ 28 ਕਰੋੜ ਦਾ ਹੋਰ ਕਈ ਗੱਲਾਂ ਕੀਤੀਆਂ ਉੱਥੇ ਕੱਠਵੱਟ ਚੰਗਾ ਸੀ ਨਾਲ ਉਹਨਾਂ ਨੇ ਕਿਹਾ ਕਿ ਨੀਅਤ ਹੋਵੇ ਤਾਂ ਸਾਰੇ ਕੰਮ ਹੋ ਜਾਂਦੇ ਨੇ ਮਾਨ ਸਾਹਿਬ ਨੇ ਇਹ ਵੀ ਕਿਹਾ ਅਸੀਂ ਕਈ ਪ੍ਰੋਜੈਕਟ ਸ਼ੁਰੂ ਕੀਤੇ ਹੈ ਪੁਰਾਣੀਆਂ ਗੱਲਾਂ ਸਾਰੀਆਂ ਦੁਹਰਾਤੀਆਂ ਗੁਰੂ ਅਮਰਦਾਸ ਤਾਪ ਬਿਜਲੀ ਘਰ ਗੋਇੰਦਵਾਲ ਸਾਹਿਬ ਅਸੀਂ ਖਰੀਦਿਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਤਾਂ ਆਪਾਂ ਕਹਿ ਸਕਦੇ ਪਰ ਇਹ ਤਾਪ ਬਿਜਲੀ ਘਰ ਵਿਵਾਦਾਂ 'ਚ ਰਿਹਾ ਬਹੁਤ ਲੰਬੇ ਸਮੇਂ ਤੋਂ ਬਿਨਾਂ ਮੇਰੇ ਹਿਸਾਬ ਨਾਲ ਇਹ 700-800 ਕਰੋੜ ਤੋਂ ਤੁਰਿਆ ਸੀ ਤੁਰਦਾ ਤੁਰਦਾ 4000 ਕਰੋੜ ਦੇ ਲਗਭਗ ਪਹੁੰਚ ਗਿਆ 2-3 ਵਾਰ ਤਾਂ ਸਮਝੌਤੇ ਉਸੇ ਕੰਪਨੀ ਨੂੰ ਹੋਏ ਜਿਹੜੀ ਕਦੇ ਲੈ ਲੈਂਦੀ ਸੀ ਕਦੇ ਛੱਡ ਦਿੰਦੀ ਸੀ ਕਦੇ ਕੁਛ ਕਰਦੀ ਸੀ ਪਰ ਇਹਨਾਂ ਨੇ ਖਰੀਦਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਅੱਜ ਉੱਥੇ ਨਵੀਂ ਗੱਲ ਕਹਿਤੀ ਕਿ ਪਰਾਲੀ ਆਧਾਰਿਤ ਜਿਹੜੇ ਤਾਪ ਬਿਜਲੀ ਘਰ ਆ ਉਹ ਲਿਆਂਦੇ ਜਾ ਰਹੇ ਨੇ ਅਤੇ 15-15 ਹਜ਼ਾਰ ਏਕੜ ਜਿਹੜਾ ਆ ਮਾਲਵਾ ਸਾਰਾ ਪਰਾਲੀ ਚੱਕੀ ਜਾਊਗੀ ਉਹ ਲੈ ਕੇ ਜਾਇਆ ਕਰਨਗੇ ਚੰਗੀ ਗੱਲ ਹੈ ਜੇ ਪਰਾਲੀ ਨੂੰ ਅੱਗ ਲੱਗਣੀ ਵੀ ਹਟੇ ਤਾਂ ਉਹ ਲੈ ਕੇ ਜਾਣਗੇ ਉਹਨਾਂ ਨੇ ਕਈ ਕੁਝ ਉਹਦੇ 'ਤੇ ਕਿਹਾ ਪਰ ਮਾਨ ਸਾਹਿਬ ਜਿਹੜੇ ਪੁਰਾਣੇ ਸੀ ਜਿਹੜਾ ਤੁਹਾਡਾ ਆਪਣਾ ਬਿਜਲੀ ਬੋਰਡ ਦਾ ਜਲਖੇੜੀ ਵਾਲਾ ਉਹ ਕਿੰਨਾ ਚਿਰ ਬੰਦ ਰਿਹਾ ਕਦੇ ਤੁਸੀਂ ਆ ਬਿਜਲੀ ਬੋਰਡ ਨੂੰ ਪੁੱਛੋਗੇ ਜਿੰਨੇ ਮਾਈਕਰੋ ਪ੍ਰੋਜੈਕਟ ਲਾਏ ਸੀ ਨਹਿਰਾਂ 'ਤੇ ਇਹ ਬੰਦ ਕਿਉਂ ਕਰ ਦਿੱਤੇ ਗਏ ਇਸੇ ਤਰ੍ਹਾਂ ਉਹ ਕਹਿੰਦੇ ਆ ਕਿ ਵੱਡੇ ਪ੍ਰੋਜੈਕਟ ਅਸੀਂ ਲੈ ਕੇ ਆ ਰਹੇ ਹਾਂ ਲੈ ਕੇ ਆਓ ਜ਼ਰੂਰ ਪਾਣੀ ਦੀ ਗੱਲ ਕੀਤੀ ਕਿ ਨਹਿਰੀ ਪਾਣੀ ਨੂੰ ਕਿਵੇਂ ਅਸੀਂ ਮਜ਼ਬੂਤ ਕਰ ਰਹੇ ਹਾਂ ਚੰਗੀ ਗੱਲ ਹੈ ਜੇ ਤੁਸੀਂ ਨਹਿਰੀ ਪਾਣੀ ਮਜ਼ਬੂਤ ਕਰ ਦਿਓਗੇ ਜਿਹੜੀਆਂ ਚੀਜ਼ਾਂ 40 ਸਾਲ ਲਈ ਲੋਕਾਂ ਨੇ ਕੀਤੀਆਂ ਇਹਨਾਂ ਦੇ ਸਿਆਸਤਦਾਨਾਂ ਨੇ ਤੁਸੀਂ ਉਹ ਕਰਨ ਲੱਗੇ ਹੋ ਕੋਈ ਮਾੜੀ ਗੱਲ ਨਹੀਂ ਉਹਨਾਂ ਦਾ ਫਿਰ ਦਾਅਵਾ ਕਿ ਮੈਂ 44,000 ਦੇ ਕਰੀਬ ਨੌਕਰੀ ਦਿੱਤੀ ਆ ਕੋਈ ਦੱਸੋ ਜੇ ਕਿਸੇ ਨੂੰ ਕੋਈ ਪੈਸਾ ਲੱਗਿਆ ਸਹੀ ਲੋਕਾਂ ਨੂੰ ਨੌਕਰੀ ਮਿਲੀ ਹੈ ਇਹ ਗੱਲ ਬਿਲਕੁਲ ਦਰੁਸਤ ਹੈ ਸੋ ਉਹਨਾਂ ਨੇ ਕਿਹਾ ਕਿ ਜੋ ਡਿੰਪੀ ਮੈਨੂੰ ਕਹੇਗਾ ਮੈਂ ਉਹ ਕੰਮ ਕਰਾਂਗਾ ਪਰ ਦੂਜੇ ਪਾਸੇ ਤੁਹਾਡੇ ਆਪਣੇ ਜਿਹੜੇ ਗਿੱਦੜ ਵਹਿ ਨਾਲ ਸੰਬੰਧਿਤ ਲੀਡਰ ਹੈ ਉਹਨਾਂ ਦੇ ਮੂੰਹ ਬੇਰੌਣਕੇ ਜੇ ਹੋਏ ਵੇ ਨੇ ਇਹ ਵੀ ਦੱਸ ਦਿਓ
ਕਿ ਸਰਕਾਰ ਕਹਿੰਦੀ ਸੀ ਅਸੀਂ ਤਾਂ ਜੀ ਬਿਲਕੁਲ ਨਵੇਕਲਾ ਕੰਮ ਕਰਾਂਗੇ, ਕੱਟੜ ਇਮਾਨਦਾਰ ਹੈ, ਪਰ ਹੌਲੀ ਹੌਲੀ ਤੁਸੀਂ ਆਪਣੇ 'ਚੋਂ ਤਾਂ ਤਿਆਰ ਨਹੀਂ ਕੀਤਾ। ਜਿਨ੍ਹਾਂ ਪਾਰਟੀਆਂ ਨੂੰ ਤੁਸੀਂ ਨਿੰਦਦੇ ਸੀ, ਗਾਲਾਂ ਕੱਢਦੇ ਸੀ, ਇਹ ਤਾਂ ਭ੍ਰਿਸ਼ਟਾਚਾਰ ਦੇ। ਅਤੇ ਜਦੋਂ ਕੋਈ ਭਾਜਪਾ 'ਚ ਜਾਂਦਾ ਸੀ, ਕੇਜਰੀਵਾਲ ਸਾਹਿਬ ਅਤੇ ਮਾਨ ਸਾਹਿਬ ਕਹਿੰਦੇ ਸੀ ਇਹ ਤਾਂ ਵਾਸ਼ਿੰਗ ਮਸ਼ੀਨ ਲਾਈ ਬੈਠੇ ਨੇ, ਉਸ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਕੱਢਦੇ ਆ ਅਤੇ ਬੰਦਾ ਲੈ ਜਾਂਦੇ ਆ, ਅਤੇ ਤੁਸੀਂ ਕਿਹੜਾ ਘੱਟ ਰਹਿ ਗਏ? ਅਕਾਲੀਆਂ 'ਚੋਂ ਵੀ ਲੈ ਗਏ ਹੋ, ਕਾਂਗਰਸੀਆਂ 'ਚੋਂ ਵੀ ਲੈ ਗਏ ਹੋ, ਅਤੇ ਫਿਰ ਤੁਸੀਂ ਕਿਹੜੀ ਵਾਸ਼ਿੰਗ ਮਸ਼ੀਨ ਲਾਈ ਹੈ? ਪਹਿਲੀ ਚੋਣ ਤੁਸੀਂ 3 ਮਹੀਨਿਆਂ ਬਾਅਦ ਹੀ ਹਾਰ ਗਏ, ਉਦੋਂ ਬਾਅਦ ਬੰਦੇ ਤੁਸੀਂ ਪੈਦਾ ਕੀਤੇ। 2012 ਤੋਂ ਬਾਅਦ ਜਿਹੜੇ ਤੁਹਾਡੇ ਆਪਣੇ ਵਰਕਰ ਹੈ, ਅੱਜ ਉਹਨਾਂ 'ਚ ਨਿਰਾਸ਼ਤਾ ਦਾ ਆਲਮ ਹੈ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕੋਈ ਪੰਚ ਦੀ ਜਾਂ ਨਗਰ ਕੌਂਸਲਰ ਦੀ ਟਿਕਟ ਦੇਵੇਗਾ, ਇਹ ਤਾਂ ਨਹੀਂ ਬਾਹਰੋਂ ਲਿਆ ਕੇ ਖੜ੍ਹੇ ਕਰਨਗੇ ਜੀ। ਸੋ ਦੂਜੇ ਪਾਸੇ ਢਿੱਲੋਂ ਸਾਹਿਬ ਨਾਲ ਹੀ ਗੱਲ ਕਰਦੇ ਹਾਂ ਭਾਜਪਾ ਦੀ। ਭਾਜਪਾ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਸ਼ਾਮਿਲ ਹੋ ਗਏ ਸੀ, ਪਰ ਅੱਜ ਉਹ ਮੁੜ ਤੋਂ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਨੇ ਜੀ। ਇੱਕ ਛੋਟੇ ਹੁੰਦਿਆਂ ਆਪਾਂ ਕਹਾਣੀ ਪੜ੍ਹਦੇ ਹੁੰਦੇ ਸੀ, ਇੱਕ ਲੂੰਬੜੀ ਆਈ ਜੀ, ਉਹਨੇ ਅੰਗੂਰ ਤੋੜਨ ਵਾਸਤੇ ਪੱਤਰਾਂ ਵੀ ਟਪੂਸੀਆਂ ਮਾਰੀਆਂ, ਉੱਥੋਂ ਤੱਕ ਕੁੱਪੜੀ ਨਹੀਂ। ਤੁਹਾਡੇ ਵਰਗੇ ਜਾਂਦੇ ਜਾਂਦੇ ਬੰਦੇ ਨੂੰ ਕਹਿੰਦਾ ਵੀ ਉਹ ਲੂੰਬੜੀ ਏ ਤੂੰ ਅੰਗੂਰ, ਕਹਿੰਦੀ ਖੱਟੇ ਨੇ ਮੈਂ ਹੀ ਕਰਨੇ ਨੇ ਜੀ। ਭਾਵ ਸੁੰਦਰ ਸ਼ਾਮ ਅਰੋੜਾ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਕਿਉਂਕਿ ਇਹਨਾਂ ਦਾ ਸਾਬਕਾ ਮੁੱਖ ਮੰਤਰੀ, ਉਹਨਾਂ ਦੀ ਧਰਮ ਪਤਨੀ, ਕਈ ਹੋਰ ਆਗੂ, ਕਾਂਗਰਸ ਦਾ ਸਾਬਕਾ ਪ੍ਰਧਾਨ ਉੱਧਰ ਜਾ ਚੁੱਕੇ ਸਨ ਵੀ ਪਤਾ ਨਹੀਂ ਮੋਦੀ ਸਾਹਿਬ ਨੇ ਕਿਸ ਤਰ੍ਹਾਂ ਦਾ ਇਹ ਸਿਸਟਮ ਬਣਾਇਆ ਹੋਇਆ। ਅਤੇ ਅੰਗੂਰ ਖੱਟੇ ਕਹਿ ਕੇ ਵਾਪਸ ਆਪਣੇ ਘਰ ਨੂੰ ਪਰਤ ਆਏ ਜੀ। ਸੁੰਦਰ ਸ਼ਾਮ ਅਰੋੜਾ ਦਾ ਪਿਛਲੇ ਦਿਨਾਂ ਤੋਂ ਹੀ ਚੱਲ ਰਿਹਾ ਸੀ, ਜਦੋਂ ਪਿਛਲੀ ਦਿਨੀ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹੋਰੀ ਉਹਨਾਂ ਨੂੰ ਮਿਲਦੇ ਰਹੇ ਨੇ। ਮੈਨੂੰ ਇਹ ਨਹੀਂ ਪਤਾ ਕਿ ਅੱਜ ਵਾਲੇ ਸਮਾਗਮ ਦੇ ਵਿੱਚ ਸੂਬਾ ਪ੍ਰਧਾਨ ਸੀ ਜਾਂ ਨਹੀਂ, ਪਰ ਸੂਬੇ ਦੇ ਇੰਚਾਰਜ ਦਵਿੰਦਰ ਯਾਦਵ ਉਹਨਾਂ ਨੇ ਸੁੰਦਰ ਸ਼ਾਮ ਅਰੋੜਾ ਸਾਹਿਬ ਨੂੰ ਦੁਬਾਰਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਲਿਆ। ਮੰਤਰੀ ਵੀ ਰਹੇ, ਦੋਸ਼ ਬਹੁਤ ਵੱਡੇ ਲੱਗੇ, ਪੈਸੇ ਦੇਣ ਚਲੇ ਗਏ AIG ਮਨਮੋਹਨ ਸ਼ਰਮਾ ਨੂੰ, ਉਹਨਾਂ ਨੇ ਕਾਬੂ ਕਰਕੇ ਜੇਲ੍ਹ 'ਚ ਭੇਜਤਾ ਅਤੇ ਅੱਜ ਕੱਲ੍ਹ ਜ਼ਮਾਨਤ 'ਤੇ ਆਏ ਹੋਏ ਨੇ। ਅਜੇ 4 ਦਿਨ ਪਹਿਲਾਂ ਹੀ ਪੰਜਾਬ ਦੀ ਸਰਕਾਰ ਨੇ ਸਾਬਕਾ 4 ਮੰਤਰੀਆਂ ਦਾ ਕੇਸ ਚਲਾਉਣ ਦੀ ਆਗਿਆ ਦੇ ਦਿੱਤੀ ਹੈ ਜੀ। ਅਤੇ ਇਹ ਹੁਣ ਦੁਬਾਰਾ ਵਾਪਸ ਪਰਤ ਆਏ ਨੇ। ਭਾਰਤੀ ਜਨਤਾ ਪਾਰਟੀ ਨੂੰ ਠੀਕ ਕਹਿੰਦੇ ਆ ਕਿ ਝਟਕਾ ਲੱਗ ਗਿਆ, ਦੂਜੇ ਪਾਸੇ ਉਹ ਤਾਂ ਕਹਿੰਦੇ ਆ ਕਿ 50 ਲੱਖ ਅਸੀਂ ਪੰਜਾਬ ਦੇ ਵਿੱਚ ਆਪਦੀ ਮੈਂਬਰਸ਼ਿਪ ਵਧਾਉਣੀ ਹੈ, ਸਮਾਂ ਦੱਸੇਗਾ ਜੀ। ਸੋ ਦੂਜੇ ਪਾਸੇ ਅਕਾਲੀ ਦਲ ਦੇ ਸੰਸਦੀ ਬੋਰਡ ਅੱਗੇ ਸਾਰੇ ਵਰਕਰ ਪਹੁੰਚੇ ਨੇ ਅਤੇ ਦਲਜੀਤ ਚੀਮਾ ਵੱਲੋਂ ਸਾਰਿਆਂ ਦਾ, ਵਰਕਰਾਂ ਦਾ ਧੰਨਵਾਦ ਕੀਤਾ ਗਿਆ ਜੀ। ਦੇਖੋ ਸੰਸਦੀ ਬੋਰਡ 'ਚ ਕਿਹੜੇ ਕਿਹੜੇ ਹੈ, ਬਲਵਿੰਦਰ ਸਿੰਘ ਭੁੰਦੜ ਸਾਹਿਬ ਚੇਅਰਮੈਨ ਜੀ, 1977 ਤੋਂ ਬਾਅਦ ਕਦੇ ਚੋਣ ਨਹੀਂ ਜਿੱਤੇ। ਸ਼੍ਰੀ ਮਹੇਸ਼ਇੰਦਰ ਸਿੰਘ ਗਰੇਵਾਲ 97 ਤੋਂ ਬਾਅਦ ਉਹ ਵੀ ਨਹੀਂ ਜਿੱਤੇ ਜੀ। ਐਵੇਂ ਜਿਵੇਂ ਆ ਦਲਜੀਤ ਚੀਮਾ ਤਾਜ਼ਾ ਅਜੇ ਗੁਰਦਾਸਪੁਰ ਹਾਰ ਕੇ ਹਟਿਆ ਲੋਕ ਸਭਾ ਦੇ ਵਿੱਚ। ਬਰਨਾਲੇ ਦੀ ਸੀਟ ਵਾਸਤੇ ਕਹਿੰਦੇ ਲੋਕਾਂ ਨੂੰ ਮਿਲਣ ਗਏ, ਵਰਕਰੀ ਬਹੁਤ ਇਕੱਠੇ ਹੋ ਗਏ, ਅਤੇ ਜਵਾਨਤਾ ਤਾਂ ਤੁਹਾਡੀਆਂ 10 ਸੀਟਾਂ 'ਤੇ ਜ਼ਬਤ ਹੋ ਗਈਆਂ ਲੋਕ ਸਭਾ ਦੇ ਵਿੱਚ। ਅਕਾਲੀ ਦਲ ਆਪਣੀ ਜਵਾਨਤ ਜ਼ਬਤ ਕਰਾਵੇਗਾ, ਪ੍ਰਮੁੱਖ ਲੀਡਰ ਤੁਹਾਡੇ ਨਾਲ ਨਹੀਂ,
ਜੇ ਇਕੱਠਿਆਂ ਦੇ ਵਿੱਚ ਥੋੜੀਆਂ ਦੱਸ ਦੀਆਂ ਜਵਾਨਤਾਂ ਜ਼ਬਤ ਹੋ ਗਈਆਂ ਤੇ ਕੱਲੇ ਕੱਲੇ ਨਾਲ ਕੀ ਰਹੂਗਾ। ਜਿਵੇਂ ਅੱਜ ਭਗਵੰਤ ਮਾਨ ਕਹਿੰਦੇ, ਕਹਿੰਦੇ 25 ਸਾਲ ਰਾਜ ਕਰਨ ਨੂੰ ਫਿਰਦਾ ਸੀ ਤੇ ਬੰਦੇ 25 ਨਹੀਂ ਨਾਲ, ਉਹ ਵੀ ਤੰਜ ਕੱਸੀ ਜਾਂਦੇ ਹੈ ਜੀ। ਸੋ ਮੇਰੇ ਕਹਿਣ ਦਾ ਮਤਲਬ, ਮੈਂ ਜੇ ਗੱਲ ਕਹਾਂ, ਉਹ ਇਹ ਹੈ ਕਿ ਅਕਾਲੀ ਦਲ ਨੂੰ ਆਪਦਾ ਸਿਸਟਮ ਦੇ ਵਿੱਚ ਦੇਖਣਾ ਪਏਗਾ ਕਿ ਉਹਨਾਂ ਦੀ ਇਹ ਸਥਿਤੀ ਕਿਉਂ ਬਣ ਗਈ, ਕਿਉਂ ਲੋਕਾਂ ਨੇ ਦਰਕਾਰਤਾ। ਸਿੱਖ ਧਰਮ ਦੇ ਵਿੱਚ ਸੰਗਤ ਵੱਡੀ ਹੁੰਦੀ ਹੈ ਅਤੇ ਸੰਗਤ ਤੁਹਾਡੇ ਨਾਲ ਨਹੀਂ। ਇਸ ਤੋਂ ਬਾਅਦ ਉਹ ਸਾਰੇ ਥਾਵਾਂ 'ਤੇ ਜਾਣਾ ਗਿੱਦੜ ਵਹਿ ਨੂੰ ਛੱਡ ਕੇ, ਜਿੱਥੇ ਜਿੱਥੇ ਚੋਣਾਂ ਹੋਣੀਆਂ ਨੇ, ਭਾਵੇਂ ਉਹ ਚੱਬੇਵਾਲ ਹੋਵੇ, ਬਰਨਾਲਾ ਹੋਵੇ, ਡੇਰਾ ਬਾਬਾ ਨਾਨਕ। ਹਾਲ ਦੀ ਘੜੀ ਇਹ ਨੇ, ਅਗਲੇ ਦਿਨਾਂ ਦੇ ਵਿੱਚ ਬੰਗੇ ਦੀ ਚੋਣ ਵੀ ਆ ਸਕਦੀ ਹੈ, ਕਿਉਂਕਿ ਬੰਗੇ ਵਾਲੇ ਡਾਕਟਰ ਸੁਖਵਿੰਦਰ ਸੁੱਖੀ ਜਿਹੜੇ ਹੈ ਉਹ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਚਲੇ ਗਏ। ਜਿਵੇਂ ਅੱਜ ਹਰਦੀਪ ਸਿੰਘ ਡਿੰਪੀ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਨੇ ਜੀ। ਸੋ ਨਾਲ ਹੀ ਗੱਲ ਕਰਦੇ ਹਾਂ ਆਂਗਣਵਾੜੀ ਵਰਕਰਾਂ ਦੀ। ਢੁੱਲ ਸਾਹਿਬ, ਉਹਨਾਂ ਦੇ ਮੁੱਦੇ ਕਾਫੀ ਸਮੇਂ ਤੋਂ ਲਮਕੇ ਹੋਏ ਨੇ ਅਤੇ ਅੱਜ ਵੀ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਦੇਣ ਜਾ ਰਹੇ ਸੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਥਾਣੇ ਦੇ ਵਿੱਚ ਲਿਆਂਦਾ ਗਿਆ ਜੀ। ਇਹ ਕੋਈ ਨਵੀਂ ਗੱਲ ਥੋੜ੍ਹੀ ਹੈ, ਜਿਹੜੀ ਸੰਘਰਸ਼ ਕਰ ਰਹੀ ਸੀ 16 'ਚ ਟੈਂਕੀਆਂ 'ਤੇ ਚੜ੍ਹੇ ਹੋਏ ਸੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ, ਉਹਨਾਂ ਦਿਨਾਂ 'ਚ ਵਰਤ ਕਰਵਾ ਚੌਥ ਸੀ ਕਿ ਭੈਣੇ ਤੂੰ ਥੱਲੇ ਉਤਰਿਆ, ਤੂੰ ਸਾਡੀ ਭੈਣ ਹੈ, ਤੁਹਾਨੂੰ ਤਾਂ ਕੋਈ ਦਿੱਕਤ ਨਹੀਂ ਆਊਗੀ। ਉਹ ਜਦੋਂ ਪਟਿਆਲੇ ਦੇ ਸਮਾਗਮ 'ਚ ਆਈ, ਉਹਨੂੰ ਕਿਵੇਂ ਧੂ ਕੇ ਬਾਹਰ ਕੱਢ ਕੇ ਲੈ ਕੇ ਗਏ। ਇਹ ਆਂਗਣਵਾੜੀ ਵਰਕਰਾਂ ਦੀ ਪ੍ਰਧਾਨ ਹੈ ਸੂਬੇ ਦੀ ਬੀਬੀ ਹਰਗੋਬਿੰਦ ਕੌਰ, ਸਾਰਿਆਂ ਨੂੰ ਪਤਾ ਕਿ ਅਕਾਲੀ ਦਲ 'ਚ ਸ਼ਾਮਿਲ ਹੋਏ ਵੇ ਨੇ ਪਿਛਲੇ ਦਿਨਾਂ 'ਚ। ਇਹ ਜਿਹੜੇ ਮੰਗ ਪੱਤਰ ਦੇਣਗੇ, ਇਹਨਾਂ ਨੂੰ ਵੱਖ ਵੱਖ ਥਾਣਿਆਂ ਦੇ ਵਿੱਚ ਬੰਦ ਕਰਤਾ। ਇੱਕ ਪਾਸੇ ਮਾਨ ਸਾਹਿਬ ਕਹਿੰਦੇ ਆ ਕਿ ਮੈਂ ਤਾਂ ਆਮ ਬੰਦਾ, ਉਹ ਕਹਿੰਦੇ ਅਸੀਂ ਕੋਈ ਆਪਣੀ ਮੰਗ ਨਹੀਂ ਸੀ ਲੈ ਕੇ ਗਏ, ਅੱਜ ਅਸੀਂ ਉਸ ਬੰਦੇ ਦਾ ਮੁੱਦਾ ਉਠਾਉਣ ਗਏ ਸੀ ਜਿਹੜਾ ਆਂਗਣਵਾੜੀਆਂ ਕੋਲੇ ਘਟੀਆ ਆਟਾ ਇਹਨਾਂ ਸੈਂਟਰਾਂ ਨੂੰ ਸਪਲਾਈ ਕਰਦਾ ਹੈ, ਰਾਸ਼ਨ ਬਹੁਤ ਮਾੜਾ, ਪਸ਼ੂ ਵੀ ਨਹੀਂ ਖਾਧਦੇ, ਬੰਦੇ ਤਾਂ ਕੀ ਖਾਣਗੇ। ਅਸੀਂ ਤਾਂ ਉਹਦੀ ਗੱਲ ਕਰਨ ਗਏ ਸੀ ਜਿਹੜਾ ਪ੍ਰਾਈਵੇਟ ਠੇਕੇਦਾਰ ਕੰਪਨੀ ਇਹ ਮਾਲ ਸਪਲਾਈ ਕਰਦਾ, ਉਹ ਘਟੀਆ ਦਰਜੇ ਦਾ, ਉਹਦੀ ਸ਼ਿਕਾਇਤ ਲੈ ਕੇ ਗਏ ਸੀ। ਚਲੋ ਜੇ ਉਹਦੀ ਸ਼ਿਕਾਇਤ ਲੈ ਕੇ ਗਏ ਸੀ ਜਾਂ ਵੈਸੇ ਵੀ ਮੰਗ ਪੱਤਰ ਦੇਣ ਗਏ ਹੁੰਦੇ, ਤਾਂ ਮੁੱਖ ਮੰਤਰੀ ਸਾਹਿਬ ਕਿਸੇ ਦੀ ਡਿਊਟੀ ਲਾ ਦੇਣਾ ਆਪਦੇ ਨਾਲ ਦੇ ਬੰਦੇ ਦੀ ਕਿ ਇਹਨਾਂ ਤੋਂ ਮੰਗ ਪੱਤਰ ਫੜ ਲਓ, ਮੇਰੇ ਕੋਲ ਪਹੁੰਚਾਓ। ਜੇ ਵਾਕਈ ਜਿਹੜੀ ਗੱਲ ਦਾ ਉਹ ਦੋਸ਼ ਲਾ ਰਹੇ ਨੇ, ਇਹ ਅੱਜ ਦਾ ਨਹੀਂ, ਕਾਫੀ ਦੇਰ ਤੋਂ ਦੋਸ਼ ਲੱਗਦਾ ਆ ਰਿਹਾ ਕਿ ਇਹਦੇ ਵਿੱਚ ਕੋਈ ਜਾਂਚ ਕਰਾਈ ਜਾ ਰਹੀ ਹੈ ਜਾਂ ਇਹ ਕੰਪਨੀ ਕਿਸੇ ਦਿੱਲੀ ਵਾਲੇ ਦੀ ਹੈ ਜਿਨ੍ਹਾਂ ਦੇ ਸਿੱਧੇ ਸੰਬੰਧ ਵੱਡੇ ਘਰਾਂ ਨਾਲ ਨੇ। ਇਹ ਗੱਲ ਸਾਰੀ ਸਾਹਮਣੇ ਆ ਰਹੀ ਹੈ। ਸੋ ਇਹਦੇ ਵਿੱਚ ਮੈਂ ਉਹੀ ਬੇਨਤੀ ਕਰਦਾ, ਕਿਰਪਾ ਕਰੋ, ਉਹਦੀ ਪੜਤਾਲ ਕਰਾਓ ਜਿਹੜਾ ਉਹ ਬੱਚਿਆਂ ਦੇ
ਢਿੱਡ 'ਚ ਇਹ ਚੀਜ਼ ਜਾ ਰਹੀ ਹੈ, ਕਥਿਤ ਘਟੀਆ ਦਰਜੇ ਦੀ ਹੈ, ਉਹਦੀ ਪੜਤਾਲ ਕਰਾ ਕੇ ਸੰਬੰਧਿਤ ਬੰਦਿਆਂ ਨੂੰ ਕਾਨੂੰਨ ਮੁਤਾਬਕ ਟੰਗੋ ਜੀ। ਸੋ ਦੂਜੇ ਪਾਸੇ ਕਿਸਾਨਾਂ ਵੱਲੋਂ ਅੱਜ ਪੁਲਿਸ ਦੇ ਬੈਰੀਕੇਡਿੰਗ ਤੋੜ ਦਿੱਤੇ ਗਏ ਨੇ ਕਿਉਂਕਿ ਜਿਹੜੀ ਜ਼ਮੀਨ ਅਕਵਾਇਰ ਨੂੰ ਲੈ ਕੇ ਡਾਕਟਰ ਸਾਹਿਬ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਜੀ। ਬਿਲਕੁਲ, ਮਲੇਰਕੋਟਲੇ ਦਾ ਪਿੰਡ ਹੈ ਸਰਾਉਦ, ਉੱਥੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਅਤੇ ਹੋਰ ਜ਼ਮੀਨ ਹਾਸਲ ਕਰਨ ਦੇ ਮਾਮਲੇ ਵਿੱਚ ਇੱਕ ਪਾਸੇ ਅਦਾਲਤਾਂ ਸਖਤ ਨੇ, ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਸਮੀਖਿਆ ਮੀਟਿੰਗ ਵੀ ਕੀਤੀ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਕਾਰਕੁਨਾਂ ਦੇ ਨਾਲ। ਇਹ ਗੱਲ ਬਹੁਤ ਵੱਡੀ ਹੈ ਅਤੇ ਦੂਜਾ ਇਹ ਵੀ ਗੱਲ ਸਾਰਿਆਂ ਦੇ ਸਾਹਮਣੇ ਹੈ ਕਿ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਵਿਰੋਧ ਕਰ ਰਹੇ ਨੇ। ਘੱਟੋ ਘੱਟ ਸਰਕਾਰ ਨੂੰ ਉਹਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ, ਭਾਈ ਸਮੱਸਿਆ ਕਿੱਥੇ ਹੈ। ਨੈਸ਼ਨਲ ਹਾਈਵੇ ਅਥਾਰਟੀ ਕਹਿੰਦੀ ਹੈ ਜੀ ਸਾਰਾ ਪੈਸਾ ਇਹਨਾਂ ਨੂੰ ਭੇਜ ਚੁੱਕਿਆ ਪੰਜਾਬ ਦੀ ਸਰਕਾਰ ਨੂੰ। ਕਿਸਾਨ ਜਥੇਬੰਦੀਆਂ ਮੁਤਾਬਕ ਕਹਿੰਦੇ ਕਿ ਜਿਹੜਾ ਰੇਟ ਦਾ ਰੌਲਾ ਹੈ, ਕਈ ਥਾਵਾਂ ਦੇ ਉੱਤੇ ਰੇਟ ਜ਼ਿਆਦਾ ਹੈ, ਕਿਤੇ ਰੇਟ ਘੱਟ ਹੈ। ਮੈਂ ਮਹਿਸੂਸ ਕਰਦਾ ਮਸਲਾ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ, ਨਾ ਤਾਂ ਪ੍ਰੋਜੈਕਟ ਰੁਕ ਸਕਦੇ ਹੈ ਅਤੇ ਕਿਸਾਨਾਂ ਦੀ ਜਿਹੜੀ ਜ਼ਮੀਨ ਲਗਾਤਾਰ ਹਾਸਲ ਹੋ ਰਹੀ ਹੈ ਇਹਦੇ ਉੱਤੇ ਵੀ ਦੇਖੋ ਪ੍ਰੋਜੈਕਟ ਵੀ ਹੋਣੇ ਆ, ਪਰ ਕਿਸਾਨਾਂ ਨੂੰ ਵੀ ਸੰਤੁਸ਼ਟ ਕਰਾਉਣਾ ਬਹੁਤ ਜ਼ਰੂਰੀ ਹੈ। ਸੋ ਜਿਹੜਾ ਕੁਛ ਹੋਇਆ ਉੱਥੇ ਮੰਦਭਾਗਾ ਹੋਇਆ, ਚੰਗਾ ਵਧੀਆ ਗੱਲ ਇਹ ਸੀ ਕਿ ਸੰਵਾਦ ਹੋਵੇ ਅਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਦੋ ਪੁੜਾਂ 'ਚ ਫਸੇ ਵੇ ਹਾਂ, ਸੱਪ ਦੇ ਮੂੰਹ 'ਚ ਕੋੜ ਕਿਰਲੀ ਖਾਂਦਾ ਤਾਂ ਕੋੜੀ ਛੱਡਦਾ ਤਾਂ ਕਲੰਕੀ, ਇੱਕ ਪਾਸੇ ਹਾਈ ਕੋਰਟ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨਾਂ ਦਾ ਡੰਡਾ, ਦੂਜੇ ਪਾਸੇ ਕਿਸਾਨਾਂ ਦਾ, ਜਾਈਏ ਅਤੇ ਕਿੱਧਰ ਜਾਈਏ ਜੀ। ਸੋ ਦੂਜੇ ਪਾਸੇ ਕੇਂਦਰੀ ਮੰਤਰੀ ਮੰਡਲ ਵੱਲੋਂ ਢਿੱਲ ਸਾਹਿਬ 12 ਉਦਯੋਗਿਕ ਸ਼ਹਿਰਾਂ ਨੂੰ ਸਮਾਰਟ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਜੀ। ਦੇਖੋ ਇੱਥੇ ਹਰ ਵਾਰ ਇਹ ਸਾਰਾ ਕੁਝ ਵਾਪਰਦਾ ਹੈ ਕਿ ਅਸੀਂ ਸਮਾਰਟ ਸਿਟੀ ਬਣਾ ਰਹੇ ਹਾਂ, ਅਸੀਂ ਫਲਾਨਾ ਸਿਟੀ ਬਣਾ ਰਹੇ ਹਾਂ। ਉਹ ਭਾਈ ਤੁਸੀਂ ਸਮਾਰਟ ਸਿਟੀ ਬਣਾਉਣ ਦੀ ਥਾਂ 'ਤੇ ਉਦਯੋਗਿਕ ਨੇ ਇਹ, ਤੁਸੀਂ ਜੋ ਸਾਡੇ ਕੋਲ ਹੈ ਇਹਨੂੰ ਉਹੀ ਰਹਿਣ ਦਿਓ। ਇਦੋਂ ਪਹਿਲਾਂ ਕਿੰਨੇ ਸ਼ਹਿਰਾਂ ਦਾ ਕੀਤਾ ਕਿ ਅਸੀਂ ਕਾਇਆ ਕਲਪ ਕਰਤੀ, ਉੱਥੇ ਆਹ ਕਰਤਾ ਆਹ ਕਰਤਾ ਆਹ ਕਰਤਾ, ਅਤੇ ਅੱਜ ਵੀ ਆਜ਼ਾਦ ਤੋਂ ਬਾਅਦ ਅਸੀਂ 78ਵਾਂ ਆਜ਼ਾਦੀ ਦਿਵਸ ਮਨਾ ਹਟੇ ਹਾਂ। ਇਹਦੇ ਨਾਲ ਹੀ 66 ਦੇ ਵਿੱਚ ਪੰਜਾਬ ਹੋਂਦ 'ਚ ਆਇਆ, ਅਜੇ ਤੱਕਰ ਵਿਕਾਸ ਗਲੀਆਂ ਨਾਲੀਆਂ ਤੋਂ ਬਾਹਰ ਨਹੀਂ ਟੱਪਿਆ। ਗਲੀਆਂ ਨਾਲੀਆਂ 'ਤੇ ਖੜਿਆ ਸਮਾਂ ਦੀ, ਵੱਖ ਵੱਖ ਸ਼ਹਿਰਾਂ ਵਿੱਚ ਕੂੜੇ ਦੇ ਪਹਾੜ ਬਣ ਗਏ, ਪਿੰਡਾਂ ਦੇ ਵਿੱਚ ਸੀਵਰੇਜ ਬੰਦ ਪਏ ਨੇ। ਜਿਹੜੀ ਅਸਲ ਸਮੱਸਿਆ ਜਿਹਦੀ ਪੁਆੜੇ ਦੀ ਜੜ ਹੈ ਪਲਾਸਟਿਕ, ਉੱਧਰ ਨੂੰ ਕੋਈ ਨਹੀਂ ਜਾਂਦਾ। ਸੋ ਜਦੋਂ ਤੱਕ ਤੁਸੀਂ ਸਮੱਸਿਆ ਦੇ ਉੱਤੇ ਨਹੀਂ ਜਾਓਗੇ ਉਦੋਂ ਤੱਕ ਜੋ ਮਰਜ਼ੀ ਕਰੀ ਜਾਇਓ, ਇਹ ਸਾਰਾ ਕੁਛ ਇਸੇ ਤਰ੍ਹਾਂ ਰਹਿ ਰਿਹਾ। ਅਤੇ ਸ਼ਹਿਰੀਆਂ ਨੂੰ, ਪੇਂਡੂ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਆਪਣੀਆਂ ਆਦਤਾਂ ਵੀ ਬਦਲਣੀਆਂ ਪੈਣਗੀਆਂ। ਉਹ ਆਦਤਾਂ ਬਦਲੋ ਤਾਂ ਕੁਝ ਨਾ ਕੁਝ ਹੋਵੇਗਾ ਜੀ। ਸੋ ਦੂਜੇ ਪਾਸੇ ਤੁਸੀਂ ਗੱਲ ਕਰਿਆ, ਗਲੋਬਲ ਪੰਜਾਬ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਗਈ ਹੈ ਜੋ ਬੇਅਦਬੀਆਂ ਕਰਦੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਅਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ। ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਕਾਰਕੁਨ
ਜਿਨ੍ਹਾਂ ਦੇ ਵਿੱਚ ਡਾਕਟਰ ਕੁਲਵੰਤ ਸਿੰਘ ਢਿੱਲੋਂ ਪ੍ਰਧਾਨ, ਡਾਕਟਰ ਜਸਵਿੰਦਰ ਸਿੰਘ ਢਿੱਲੋਂ ਸਕੱਤਰ, ਉਹਨਾਂ ਦੇ ਹੋਰ ਕਾਰਕੁਨ ਨੇ। ਇਹਨਾਂ ਨੇ ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ। ਉਹ ਕਹਿੰਦੇ ਭਾਰਤ ਦੇ ਵਿੱਚ ਨਵੇਂ ਕਾਨੂੰਨ ਲਾਗੂ ਹੋ ਗਏ ਨੇ ਜਿਹਨੂੰ ਇਹ ਕਹਿੰਦੇ ਆ ਸੰਹਿਤਾ। ਪਹਿਲਾਂ IPC ਸੀ, ਹੁਣ ਇਹ ਸੰਹਿਤਾ ਬਣ ਗਈ, ਭਾਰਤ ਸੰਹਿਤਾ। ਉਹਦੀਆਂ ਵੱਖ ਵੱਖ ਧਾਰਾਵਾਂ ਨੇ, ਇੱਕ ਧਾਰਾ 2981 ਹੈ ਵੀ ਉਹਨੂੰ ਸ਼ਾਮਿਲ ਕਰੋ, ਅਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੈਂ ਇਹਦੇ ਨਾਲ ਦੂਜੇ ਵੀ ਜੋੜਦੇ ਆ, ਜੇ ਹੋਰ ਧਾਰਮਿਕ ਗ੍ਰੰਥਾਂ ਦੀ ਕੋਈ ਬੰਦਾ ਬੇਅਦਬੀ ਕਰਦਾ ਉਹਨੂੰ ਘੱਟੋ ਘੱਟ ਫਾਂਸੀ ਦਿਓ। ਜੇ ਸਜ਼ਾ ਦਾ ਪ੍ਰਬੰਧ ਹੋ ਜਾਵੇ, ਸਜ਼ਾ 3 ਸਾਲ ਦੀ ਹੈ ਅਤੇ ਹਰੇਕ ਕਰ ਕਰਾ ਕੇ ਮੁੜ ਆਉਂਦਾ, ਬਿਲਕੁਲ ਠੀਕ ਗੱਲ ਹੈ ਕਿ ਧਾਰਮਿਕ ਸੰਸਥਾਵਾਂ 'ਤੇ ਚੋਰੀਆਂ, ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਇਹ ਲਗਾਤਾਰਤਾ ਦੇ ਵਿੱਚ ਵੱਧਦੀ ਜਾ ਰਹੀ ਹੈ। ਇਹਦੇ ਤੋਂ ਛੁਟਕਾਰਾ ਪਾਉਣ ਦੀ ਜ਼ਰੂਰਤ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕਰਦਾ ਉਹਨੂੰ ਫਿਰ ਫਾਂਸੀ ਦੇ ਫੱਟੇ 'ਤੇ ਚੜ੍ਹਾ ਦਿਓ, ਤਾਂ ਲੋਕ ਰੁਕਣਗੇ। ਨਹੀਂ ਤਾਂ ਦਿਨੋਂ ਦਿਨ ਇਹ ਘਟਨਾਵਾਂ ਦੇ ਵਿੱਚ ਬਹੁਤ ਚੋਖਾ ਵਾਧਾ ਹੋ ਗਿਆ, ਜਿਹੜਾ ਕਿ ਭਾਵੇਂ ਕੋਈ ਧਰਮ ਹੈ, ਕਿਸੇ ਦਾ ਗ੍ਰੰਥ ਹੈ, ਉਹਦੀ ਬੇਅਦਬੀ ਕਦਾਚਿਤ ਨਹੀਂ ਹੋਣੀ ਚਾਹੀਦੀ ਜੀ। ਸੋ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਅਤੇ ਕਈ ਵੱਡੇ ਫੈਸਲੇ ਲਏ ਗਏ ਨੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੰਤਰੀ ਹੋ ਗਏ, ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਜੀ। ਇਹਨਾਂ ਦੇ ਵਿੱਚ ਰੁਲਦੂ ਸਿੰਘ ਮਾਨਸਾ, ਬਿੰਦਰ ਸਿੰਘ ਗੋਲੇਵਾਲਾ, ਬਲਵਿੰਦਰ ਸਿੰਘ ਰਾਜੂ ਔਲਖ ਅਤੇ ਹੋਰ ਇਹ ਸ਼ਾਮਿਲ ਹੋਏ। ਕਹਿੰਦੇ ਵੀ 17 ਅਗਸਤ ਨੂੰ ਅਸੀਂ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਸੀ, 2 ਸਤੰਬਰ ਨੂੰ ਚੰਡੀਗੜ੍ਹ ਵਿੱਚ ਇੱਕ ਰੋਸ ਧਰਨਾ ਕੀਤਾ ਜਾ ਰਿਹਾ ਹੈ, ਉੱਥੇ ਡਿਊਟੀਆਂ ਲੱਗ ਗਈਆਂ ਨੇ, ਜਥੇਬੰਦੀਆਂ ਨੇ ਆਪੋ ਆਪਣੀਆਂ, ਅਤੇ ਦੂਜਾ ਜਿਹੜਾ ਆ ਕੰਗਣਾ ਰਣਾਉਤ ਦਾ ਮੂੰਹ ਪਾਟਿਆ ਵਾ ਕੰਨਾਂ ਤੱਕ, ਇਹ ਕਿਸਾਨਾਂ ਦੇ ਖਿਲਾਫ ਬੋਲੀ ਹੈ, ਕਹਿੰਦੀ ਇਹ ਤਾਂ ਬੰਗਲਾਦੇਸ਼ ਬਣਾ ਦਿੰਦੇ। ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਇਹਦੇ ਬਿਆਨ ਨਾਲੋਂ ਨਾਤਾ ਤੋੜ ਲਿਆ। ਇਹਨਾਂ ਦੀ ਮੰਗ ਹੈ, ਇੱਕ ਤਾਂ ਪ੍ਰਧਾਨ ਮੰਤਰੀ ਸਾਹਿਬ ਇਹਦੇ 51 ਕਸਣ ਇਹਦਾ ਇਸ ਤਰ੍ਹਾਂ ਦਾ ਜਿਹੜਾ ਬਿਆਨਬਾਜ਼ੀ ਹੈ ਇਹ ਤੋਂ ਰੋਕਿਆ ਜਾਵੇ, ਪਹਿਲੀ ਗੱਲ। ਦੂਜੀ, ਉਹ ਕਹਿੰਦੇ ਕਿ ਉਹ ਮਾਫ਼ੀ ਮੰਗਣ। ਤੀਜਾ ਮਸਲਾ ਉਹਨਾਂ ਨੇ ਉਠਾਇਆ, ਜਿਹੜਾ ਕਿਸਾਨਾਂ ਨੂੰ ਤਾਮਿਲਨਾਡੂ ਜਾਣ ਤੋਂ ਰੋਕਿਆ ਗਿਆ, ਜਹਾਜ਼ ਦੇ ਵਿੱਚ ਸ੍ਰੀ ਸਾਹਿਬ ਗਾਤਰੇ ਦਾ ਜਿਹੜਾ ਹੈਗਾ ਮੁੱਦਾ ਉਠਾ ਕੇ, ਇਹ ਸਰਾਸਰ ਗਲਤ ਹੈ, ਜਦੋਂ ਕਿ ਇਹ ਆਗਿਆ ਏਅਰਲਾਈਨ 'ਚ ਜਾਣ ਦੀ ਦਿੱਤੀ ਹੋਈ ਹੈ। ਇਹ ਮਾਮਲਿਆਂ ਦੇ ਉੱਤੇ ਉਹਨਾਂ ਨੇ 2 ਸਤੰਬਰ ਨੂੰ ਰੋਸ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚਾ ਚੰਡੀਗੜ੍ਹ ਦੇ ਵਿੱਚ ਕਰਨ ਜਾ ਰਿਹਾ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਢਿੱਲੋਂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ।
ਸੋ ਅਸੀਂ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਸਾਡੇ ਨਾਲ ਅਖੀਰ ਤੱਕ ਜੁੜੇ ਰਹੇ। ਪ੍ਰੋਗਰਾਮ ਦੇ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਵੀ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ। ਪ੍ਰੋਗਰਾਮ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।